ਜਵਾਨੀ ਤੇ ਹਰ ਬੰਦੇ ਤੇ ਆਉਂਦੀ ਆ ਅੱਛਾ ਪਰ ਸਾਂਭਦਾ ਕੋਈ ਕੋਈ ਆ ਅੱਛਾ ਹਾਂ ਮੇਰੇ ਤੇ ਵੀ ਜਵਾਨੀ ਆਈ ਆ ਪਰ ਮੈਂ ਸਾਂਭ ਕੇ ਵਿਖਾਈ ਆ ਅੱਛਾ ਪਰ ਭਰਾਵਾ ਬੰਦਾ ਡੋਲ ਜਾਂਦਾ ਇੱਕ ਦਿਨ ਮੈਂ ਵੀ ਡੋਲ ਗਿਆ ਸਾਂ ਅੱਛਾ ਹਾਂ ਕੁੜੀ ਇੱਕ ਬੜੀ ਸੋਹਣੀ ਵੇਖ ਬੈਠਾ ਅੱਛਾ ਕਟਕਾਂ ਦੀ ਜਵਾਨ ਸੀ ਬਾਬਾ ਜੀ ਉਹਨੂੰ ਵੇਖ ਕੇ ਮੈਂ ਡੋਲ ਗਿਆ ਅੱਛਾ ਕਾਬੂ ਨਾ ਰਹਿ ਸਕਿਆ ਗੱਪ ਸ਼ੱਪ ਹੋ ਗਈ ਉਹਦੇ ਨਾਲ ਨੰਬਰ ਲੈ ਲਿਆ ਦੇ ਲਿਆ ਅੱਛਾ ਰਾਤ ਨੂੰ ਭਾਜੀ ਟਾਈਮ ਬਣ ਗਿਆ ਮੈਂ ਉਹਨੂੰ ਮਿਲਣ ਚਲੇ ਗਿਆ ਅੱਛਾ ਸਿਰ ਤੇ ਮੈਂ ਸਾਫਾ ਵਲ ਕੇ ਮੂੰਹ ਤੇ ਮੜਾਸਾ ਮਾਰਿਆ ਸੀ ਕਿ ਮੈਨੂੰ ਕੋਈ ਵੇਖੇ ਨਾ ਅੱਛਾ ਇੰਜ ਮੈਂ ਉਹਨਾਂ ਦੇ ਘਰ ਗਿਆ ਉਹਦੇ ਘਰ ਦੇ ਸੁੱਤੇ ਸੀ ਅੱਛਾ ਇੰਜ ਮੈਂ ਭਾਜੀ ਉਹ ਵੀ ਉੱਠੀ ਆਈ ਇੰਜ ਕਮਰੇ ਦੇ ਵਿੱਚ ਵੜੇ ਆ ਕਮਰੇ ਚ ਵੜ ਕੇ ਬਹਿਣ ਹੀ ਲੱਗਿਆ ਉਹਦੇ ਘਰ ਦੇ ਉੱਠ ਕੇ ਉਹਨਾਂ ਰੋਲਾ ਪਾਤਾ ਅੱਛਾ ਨਹੀਂ ਜੀ ਚੋਰ ਆ ਗਏ ਉਹਨਾਂ ਮੈਨੂੰ ਫੜ ਲਿਆ ਉੱਤੇ ਫਿਰ ਰੋਲੀ ਜਵਾਨੀ ਰੋਲਣਾ ਆ ਤਰਾਂ ਅੱਛਾ ਬੜੀ ਡਾਂਗ ਫੇਰੀ ਡਾਂਗਾਂ ਬੜੀਆਂ ਸਹੀਆਂ ਮੈਨੂੰ ਆਂਦੇ ਨੇ ਦੱਸ ਕਿੱਧਰ ਆਇਆ ਉਹ ਕੁੜੀ ਕਹੇ ਜੀ ਇਹ ਚੋਰ ਏ ਜਿਹਨੇ ਮੈਨੂੰ ਬੁਲਾਇਆ ਸੀ ਕਹਿੰਦੀ ਇਹ ਚੋਰੀ ਕਰਨ ਆਏ ਮੈਨੂੰ ਤੇ ਕਹਿੰਦੇ ਇਹ ਧੱਕੇ ਨਾਲ ਅੰਦਰ ਲੈ ਗਿਆ 10 ਖਜ਼ਾਨਾ ਕਿੱਥੇ ਅੱਛਾ ਮੈਨੂੰ ਬੜਾ ਦੁੱਖ ਲੱਗਾ ਬੇਵਫਾਈ ਮੈਂ ਕਿਹਾ ਇਹਨੇ ਮੈਨੂੰ ਸੱਦਿਆ ਸੀ ਉਹ ਭਾਜੀ ਮੈਨੂੰ ਡਾਂਗਾ ਤੇ ਡਾਂਗਾ ਫੇਰੀ ਜਾਣ ਮੈਨੂੰ ਕਹਿਣ ਵੀ ਇਹਨੂੰ ਭੈਣ ਕਹਿ ਮੈਂ ਆਖਾਂ ਵੀ ਇਹ ਤੇ ਮਰਨ ਮਰਾਣ ਵਾਲਾ ਕੰਮ ਹੈ ਇਹ ਨਹੀਂ ਹੋਣਾ ਅੱਛਾ ਮਾਰਨ ਡਾਂਗਾ ਕਹਿਣ ਕਹਿ ਭੈਣ ਇਹਨੂੰ ਮੈਨੂੰ ਉੱਥੇ ਅੱਬੇ ਦੀ ਯਾਦ ਆਈ ਬੜੀ ਅੱਛਾ ਮੈਂ ਉੱਚੀ ਉੱਚੀ ਆਖਿਆ ਮੈਂ ਕਿਹਾ ਆਏ ਹੋਏ ਅੱਬਾ ਅੱਜ ਤੂੰ ਇੱਥੇ ਹੁੰਦਾ ਹੋਣਾ ਤੇ ਮੇਰੇ ਨਾਲ ਇਹ ਜ਼ੁਲਮ ਨਹੀਂ ਸੀ ਹੋਣਾ ਅੱਛਾ ਹਾਏ ਅੱਬਾ ਮੈਂ ਕਿਹਾ ਕਿੱਥੇ ਰਹਿ ਗਿਆ ਅੱਬੇ ਮੇਰੀ ਬਾਹ ਫੜ ਕੇ ਖੜਾ ਕਰਕੇ ਆਂਦਾ ਮਾਮਾ ਸਾਰੀ ਸਾਰੀ ਰਾਤ ਰਾਤਾਂ ਨੂੰ ਵੀ ਅੱਬਾ ਜਾ ਅੱਬੇ ਨੂੰ ਆਵਾਜ਼ਾਂ ਮਾਰਦਾ ਨਾ ਮੈਂ ਤੇਰੇ ਕੋਲ ਆ ਕੀ ਖਾਬਾਂ ਦੇ ਵਿੱਚ ਵੀ ਅੱਬਾ ਅੱਬਾ ਕਰਦਾ ਰਹਿੰਦਾ ਆਂਦਾ ਮੈਂ ਤੇਰੇ ਕੋਲ ਆ ਅੱਛਾ ਰਾਤ ਨੂੰ ਖਾਬਾਂ 'ਚ ਵੀ ਅੱਬੇ ਅੱਬਾ ਕਹੀ ਜਾਂਦਾ ਮੈਂ ਤੇਰੇ ਕੋਲ ਮੈਂ ਕਿਤੇ ਨਹੀਂ ਗਿਆ ਨਾਲ ਉਸ ਮੇਰੀ 2-3 ਧੌਣ 'ਚ ਵਗਾਈਆਂ ਆਂਦਾ ਨਾ ਸੌਂਦਾ ਤੇ ਨਾ ਸੌਣ ਦਿੰਦਾ ਖਾਬਾਂ 'ਚ ਆਂਦਾ ਤੂੰ ਬਕਵਾਸ ਹੀ ਕਰਦਾ ਰਹਿੰਦਾ ਬਚ ਗਿਆ ਮੈਂ ਅੱਬੇ ਨੂੰ ਜੱਫੀ ਪਾਈ ਮੈਂ ਕਿਹਾ ਅੱਜ ਬਚਾ ਲਿਆ ਈ ਸੋਹਣਿਆ ਠਾ ਕੇ ਅੱਜ ਬੜੇ ਟਾਈਮ ਤੇ ਠਾਇਆ ਈ ਨਹੀਂ ਤਾਂ ਪਤਾ ਨਹੀਂ ਕੀ ਹੋਣਾ ਸੀ।